ਸ਼ਰਾਬ ਦੇ ਠੇਕੇ ਤੋਂ ਲੁੱਟ, ਪੁਲਿਸ ਨੇ ਦੱਸਿਆ ਲੜਾਈ ਝਗੜੇ ਦਾ ਮਾਮਲਾ। ਜਲੰਧਰ ਦੇ ਵਿਧੀਪੁਰ ਫਾਟਕ ਦੇ ਨੇੜੇ ਸ਼ਰਾਬ ਦੇ ਠੇਕੇ ਤੋਂ ਬੀਤੀ ਰਾਤ ਗੱਡੀ ਤੇ ਸਵਾਰ ਕੁਝ ਲੁਟੇਰਿਆਂ ਨੇ ਬੰਦੂਕ ਦੀ ਨੋਕ ਤੇ 22,000 ਦੀ ਨਗਦੀ ਲੁੱਟ ਲਈ ਅਤੇ ਠੇਕੇ ਦੇ ਕਰਿੰਦੇ ਨਾਲ ਕੁੱਟਮਾਰ ਵੀ ਕੀਤੀ। ਇਸ ਕੁੱਟਮਾਰ ਵਿੱਚ 3 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਲੁਟੇਰਿਆਂ ਦਾ ਸਾਥੀ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਥਾਣਾ ਮਕਸੂਦਾਂ ਦੇ ASI ਕੁਲਵੀਰ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਲੁੱਟ ਦਾ ਨਹੀਂ ਸਗੋਂ ਲੜਾਈ ਝਗੜੇ ਦਾ ਹੈ। ਕੀ ਗੱਲਬਾਤ ਹੋਈ ਹੈ? ਸਰ, ਮੈਂ ਡਿਊਟੀ ਅਫਸਰ ਥਾਣੇ ਹਾਜ਼ਰ ਸੀ। ਉੱਥੇ ਆਪਾਂ ਨੂੰ ਸਲਾਹ ਮਿਲੀ ਕਿ ਠੇਕੇ 'ਤੇ ਲੜਾਈ ਝਗੜਾ ਹੋਇਆ ਫੋਰਸ ਵਿੱਚ। ਮੈਂ ਆਪਣੇ ਸਾਥੀ ਕਰਮਚਾਰੀ ਦੇ ਇੱਥੇ ਮੌਕੇ 'ਤੇ ਆਇਆ ਹਾਂ। ਇੱਥੇ ਇੱਕ ਬੰਦਾ ਜ਼ਖਮੀ ਹਾਲਤ ਵਿੱਚ ਠੇਕੇ ਦੇ ਅੰਦਰ ਪਿਆ ਸੀ ਅਤੇ 2 ਬੰਦੇ ਹੋਰ ਜ਼ਖਮੀ ਪਏ, ਜਿਨ੍ਹਾਂ 'ਚੋਂ 2 ਦੱਸ ਰਹੇ ਸੀ ਕਿ ਸਾਡੇ ਕਰਿੰਦੇ ਹੈਗੇ ਠੇਕੇ ਵਾਲੇ। ਇੱਕ ਬੰਦਾ ਜਿਹੜਾ ਹੈ ਉਹ ਕਹਿੰਦੇ ਜੀ ਬਾਹਰੋਂ ਆਇਆ ਹੈਗਾ, ਜਿਹੜਾ ਠੇਕੇ 'ਤੇ ਲੜਾਈ ਝਗੜਾ ਕਰਦਾ। ਅਤੇ ਸਰ, ਲੜਾਈ ਝਗੜੇ ਕਰਨ ਦਾ ਕਾਰਨ ਕੀ ਦੱਸਿਆ ਗਿਆ? ਕਾਰਨ ਦੱਸ ਲਿਆ ਕਿ ਪਹਿਲਾਂ ਕਿਤੇ ਬਾਹਰ ਜਿਹੜੇ ਬਲੈਰੋ ਗੱਡੀ ਦੇ ਬੰਦੇ ਸੀ, ਜਿਹੜੇ 4 ਬੰਦੇ ਸੀ, ਇੱਕ ਬਾਹਰ ਦਾਰੂ ਵੀ ਪੀਂਦੇ ਸੀ ਅਤੇ ਠੇਕੇ 'ਤੇ ਆ ਕੇ ਇਹਨਾਂ ਨੇ ਕੋਈ ਲੜਾਈ ਝਗੜਾ ਕੀਤਾ, ਉਹਨਾਂ ਨੇ ਦਾਰੂ ਕੀਤਾ, ਕਰਤੂ ਕੀਤਾ ਹੈਗਾ। ਜਿਹਦੇ ਜਿਹੜੇ ਕਰਿੰਦੇ ਹੈਗੇ ਉਹਨਾਂ ਨੂੰ ਪਤਾ ਲੱਗੂ ਕਿ ਜ਼ਖਮੀ ਹੋਏ ਜੀ। ਅਤੇ ਸਰ, ਕਰਿੰਦੇ 'ਤੇ ਵੀ 60 ਸੁੱਟ ਲੱਗੀ ਹੋਈ? ਹਾਂ, ਕਰਿੰਦਿਆਂ 'ਤੇ ਪਤਾ ਲੱਗਾ ਜੀ ਕਿ 2 ਬੰਦਿਆਂ ਨੂੰ ਸੱਟ ਲੱਗੀ ਹੈਗੀ। ਸਰ, ਜਾਨੀ ਮਾਲੀ ਨੁਕਸਾਨ ਕਿੰਨਾ ਕੁ ਹੋ ਗਿਆ? ਜਾਨੀ ਵਾਲੇ ਹਾਲੇ ਕਿਹਾ ਨਹੀਂ ਜਾ ਸਕਦਾ, ਇੱਕ ਠੇਕੇ ਵਾਲੇ ਕਲੀਅਰ ਕਰ ਰਹੇ ਹੈ ਜੀ, ਬਾਕੀ ਉਹਨਾਂ ਦਾ ਬਿਆਨ ਲੈ ਕੇ ਪਤਾ ਲੱਗੂਗਾ ਜੀ।